ਸੱਤਾ ਦੇ ਵਿੱਚ ਆਉਂਦਿਆਂ ਹੀ ਸਰਕਾਰ ਵੱਲੋਂ ਇੱਕ ਵੱਡੇ ਦਾਅਵਾ ਕੀਤਾ ਗਿਆ ਸੀ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਵਧੀਆ ਆਪਣੇ ਦਿੱਤੀਆਂ ਜਾਣੀਆਂ, ਲੇਕਿਨ ਇਹਨਾਂ ਵੱਲੋਂ ਮੁਹੱਲਾ ਕਲੀਨਿਕਾਂ ਤਾਂ ਖੋਲ੍ਹ ਦਿੱਤੀਆਂ ਗਈਆਂ, ਲੇਕਿਨ ਇਹ ਸਿਰਫ ਕਾਗਜ਼ਾਂ ਦੇ ਵਿੱਚ ਹੀ ਰਹਿ ਗਈਆਂ। ਦਾਅਵਿਆਂ ਦੇ ਵਿੱਚ ਜੋ ਦਾਅਵੇ ਕੀਤੇ ਸੀ ਉਹਨਾਂ ਦੇ ਵਿੱਚ ਕੁਝ ਵੀ ਨਹੀਂ ਨਿਕਲਿਆ। ਡਾਕਟਰਾਂ ਦੀ ਬਹੁਤ ਵੱਡੀ ਘਾਟ ਹੈ ਅਤੇ ਡਾਕਟਰ ਇੱਕ ਡਾਕਟਰ ਜਿਹੜਾ ਉਹ ਇੱਕ ਹਫ਼ਤੇ ਦੇ ਵਿੱਚ ਤਿੰਨ ਤਿੰਨ ਹਸਪਤਾਲਾਂ ਦੇ ਵਿੱਚ ਕੰਮ ਕਰਦਾ, ਦੋ ਦਿਨ ਇਸ ਹਸਪਤਾਲ ਅਤੇ ਦੋ ਦਿਨ ਹੋਰ ਹਸਪਤਾਲ ਅਤੇ ਦੋ ਦਿਨ ਕਿਸੇ ਹੋਰ ਹਸਪਤਾਲ। ਦੱਸ ਦਈਏ ਕਿ ਜਿੱਥੇ ਆਪਣੀਆਂ ਮੰਗਾਂ ਨੂੰ ਲੈ ਕੇ, ਆਪਣੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਡਾਕਟਰਾਂ ਵੱਲੋਂ ਅਤੇ ਨਵੇਂ ਡਾਕਟਰਾਂ ਦੀ ਭਰਤੀ ਨੂੰ ਲੈ ਕੇ ਆਪਣੇ ਇਹਨਾਂ ਵੱਲੋਂ ਹੜਤਾਲ ਕੀਤੀ ਗਈ ਸੀ। ਇਹਨਾਂ ਵੱਲੋਂ ਪਹਿਲੇ ਆਪਣਾ ਤਿੰਨ ਦਿਨ ਇਹਨਾਂ ਵੱਲੋਂ 3 ਘੰਟੇ OPD ਸੇਵਾਵਾਂ ਬੰਦ ਰੱਖੀਆਂ ਗਈਆਂ, ਲੇਕਿਨ ਜਦ ਸਰਕਾਰ ਨੇ ਕੋਈ ਇਹਨਾਂ ਦੀ ਗੱਲ 'ਤੇ ਗੌਰ ਨਹੀਂ ਕੀਤਾ ਤਾਂ ਇਹਨਾਂ ਵੱਲੋਂ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਸੇਵਾਵਾਂ ਜਿਹੜੀਆਂ ਉਹ ਬੰਦ ਕਰਦੇ ਆਪਣੇ ਦਿੱਤੇ ਦਿੱਤੀਆਂ ਗਈਆਂ। ਇਹਨਾਂ ਵੱਲੋਂ ਪੂਰਾ ਦਿਨ OPD ਸੇਵਾਵਾਂ ਬਿਲਕੁਲ ਆਪਣਾ ਬੰਦ ਰੱਖੀਆਂ ਗਈਆਂ, ਜਿਸ ਦਾ ਅੱਜ ਦੂਜਾ ਦਿਨ ਸੀ। ਇਸ ਮੌਕੇ ਡਾਕਟਰਾਂ ਨੇ ਬੋਲਦਿਆਂ ਕਿਹਾ ਕਿ ਜੋ ਸਰਕਾਰ ਨੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਉਹ ਸਿਰਫ ਕਾਗਜ਼ਾਂ ਦੇ ਵਿੱਚ ਹੀ ਹਨ, ਵਾਅਦਿਆਂ ਦੇ ਵਿੱਚ ਕੁਝ ਵੀ ਨਹੀਂ ਹੈ। ਇਹ ਸਿਰਫ ਜੋ ਲੋਕਾਂ ਨੂੰ ਲਗਾਤਾਰ ਇਹਨਾਂ ਵੱਲੋਂ ਸਰਕਾਰ ਵੱਲੋਂ ਲਾਰੇ ਲਗਾਏ ਜਾ ਰਹੇ ਹੈ, ਕਿਸੇ ਨੂੰ ਕੁਝ ਵੀ ਨਹੀਂ ਦਿੱਤਾ ਜਾ ਰਿਹਾ। ਡਾਕਟਰ ਵੀ ਜਿੱਥੇ ਹੜਤਾਲ 'ਤੇ ਹਨ, ਕਿਉਂਕਿ ਜਿੱਥੇ ਸਰਕਾਰ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਕਿ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਵਾਂਗੇ, ਲੇਕਿਨ ਇਹਨਾਂ ਵੱਲੋਂ ਮੁਹੱਲਾ ਕਲੀਨਿਕਾਂ ਤਾਂ ਖੋਲ੍ਹ ਦਿੱਤੀਆਂ ਗਈਆਂ, ਲੇਕਿਨ ਉੱਥੇ ਸਹੀ ਢੰਗ ਦੇ ਨਾਲ ਕੋਈ ਆਪਣਾ ਡਾਕਟਰ ਨਹੀਂ ਹੈ। ਜੇ ਆਪਾਂ ਗੱਲ ਕਰੀਏ ਵੱਡੇ ਹਸਪਤਾਲਾਂ ਦੇ ਵਿੱਚ ਵੀ ਡਾਕਟਰਾਂ ਦੀ ਬਹੁਤ ਜ਼ਿਆਦਾ ਆਪਣਾ ਘਾਟ ਹੈ ਅਤੇ ਇਸ ਨੂੰ ਲੈ ਕੇ ਲੋਕ ਵੀ ਕਾਫੀ ਪਰੇਸ਼ਾਨ ਹਨ। ਜਦੋਂ ਡਾਕਟਰ ਦੋ ਦਿਨ ਕਿਤੇ ਹੋਰ ਹਸਪਤਾਲ ਜਾਂਦਾ ਜਾਂ ਦੋ ਦਿਨ ਕਿਸੇ ਹੋਰ ਹਸਪਤਾਲ ਜਾਂਦਾ ਤਾਂ ਪਿੱਛੋਂ ਡਾਕਟਰਾਂ ਨੂੰ ਲੋਕ ਕੋਸਦੇ ਹਨ, ਲੇਕਿਨ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਸ਼ਾਇਦ ਡਾਕਟਰਾਂ ਦੀ ਘਾਟ ਕਾਰਨ ਇਹ ਡਾਕਟਰ ਇੱਧਰ ਉੱਧਰ ਆਪਣਾ ਹੋਰ ਹਸਪਤਾਲ ਦੇ ਵਿੱਚ ਜਾਂਦੇ ਹਨ। ਲੋਕਾਂ ਨੂੰ ਇਹ ਵਧੀਆ ਸਿਹਤ ਸਹੂਲਤਾਂ ਦੇਣੀਆਂ ਚਾਹੁੰਦੇ ਹਨ, ਲੇਕਿਨ ਡਾਕਟਰਾਂ ਦੀ ਘਾਟ ਦੇ ਕਾਰਨ ਲੋਕ ਇਸ ਤੋਂ ਕਾਫੀ ਪਰੇਸ਼ਾਨ ਹਨ ਅਤੇ ਹੁਣ ਡਾਕਟਰਾਂ ਵੱਲੋਂ OPD ਸੇਵਾਵਾਂ 3 ਦਿਨ ਦੇ ਲਈ ਆਪਣਾ ਮੁਕੰਮਲ ਤੌਰ 'ਤੇ ਬੰਦ ਕੀਤੀਆਂ ਗਈਆਂ ਇਹਨਾਂ ਵੱਲੋਂ ਆਪ ਗਈਆਂ ਹਨ। ਅਤੇ ਅੱਜ ਇਹਨਾਂ ਵੱਲੋਂ ਬਠਿੰਡਾ ਦੇ ਸਿਵਲ ਹਸਪਤਾਲ ਦੇ ਗੇਟ 'ਤੇ ਇੱਕ ਗੇਟ ਰੈਲੀ ਕੀਤੀ ਗਈ। ਇਹਨਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਹੋਰ ਆਪਣੇ ਡਾਕਟਰਾਂ ਦੀ ਭਰਤੀ ਕਰੇ ਅਤੇ ਇਹਨਾਂ ਦੀ ਸਿਕਿਉਰਿਟੀ ਦਾ ਆਪਣਾ ਪ੍ਰਬੰਧ ਕਰੇ, ਲੇਕਿਨ ਸਰਕਾਰ ਵੱਲੋਂ ਇਹਨਾਂ ਦੀ ਗੱਲ 'ਤੇ ਗੌਰ ਨਹੀਂ ਕੀਤਾ ਜਾ ਰਿਹਾ ਅਤੇ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਵੱਲੋਂ ਐਮਰਜੈਂਸੀ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਜਾਣ। ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕਹਿੰਦੇ ਨੇ ਬਠਿੰਡਾ ਸਿਵਲ ਹਸਪਤਾਲ ਦੇ ਡਾਕਟਰ। ਮੈਂ ਡਾਕਟਰ ਅੰਜਲੀ ਇੱਥੇ ਜੱਚਾ ਬੱਚਾ ਹਸਪਤਾਲ 'ਚ ਬੱਚਿਆਂ ਦੇ ਮਾਹਰ ਡਾਕਟਰ ਵਜੋਂ ਕੰਮ ਕਰ ਰਹੀ ਹਾਂ। ਮੈਨੂੰ ਸਰਕਾਰੀ ਨੌਕਰੀ ਕਰਦਿਆਂ ਨੂੰ ਲਗਭਗ 14 ਸਾਲ ਹੋ ਚੁੱਕੇ ਨੇ। ਜਿਹੜੀਆਂ ਸਾਨੂੰ ਮੁਸ਼ਕਲਾਂ ਹੁਣ ਪਿਛਲੇ ਕੁਛ ਸਾਲਾਂ ਤੋਂ ਆ ਰਹੀਆਂ ਨੇ, ਪਹਿਲਾਂ ਕਦੇ ਵੀ ਨਹੀਂ ਆਈਆਂ ਸੀ। ਅਸੀਂ ਸ਼ੁਰੂ ਤੋਂ ਹੀ ਸਰਕਾਰੀ ਨੌਕਰੀ 'ਚ ਆ, ਹੁਣ ਸਾਡੇ ਕੋਲ ਨਾ ਤਾਂ ਪ੍ਰੋਪਰ ਸਟਾਫ ਹੈ ਕਿਸੇ ਵੀ ਮਹਿਕਮੇ 'ਚ। ਤੁਹਾਨੂੰ ਸ਼ਾਇਦ ਇਹ ਪਤਾ ਹੀ ਹੋਏਗਾ ਕਿ ਸਾਡੇ ਜੱਚਾ ਬੱਚਾ ਹਸਪਤਾਲ 'ਚ ਗਾਇਨੇਕੋਲੋਜਿਸਟ ਦੀ ਬੜੀ ਪਿਛਲੇ 6 ਸਾਲ ਤੋਂ ਘਾਟ ਚੱਲ ਰਹੀ ਹੈ। ਜੇ ਤੁਸੀਂ ਡਾਟੇ ਖੋਲ੍ਹ ਕੇ ਦੇਖੋ ਤਾਂ ਜਿਹੜਾ ਸਾਡਾ ਪਿਛਲੇ ਸਾਲ ਦੇ ਜਿਹੜੇ ਡਾਟੇ ਸੀ, ਇਹਨਾਂ ਮਹੀਨਿਆਂ ਦੌਰਾਨ ਜਿਹੜੇ ਕੰਮ ਹੁੰਦੇ ਸੀ, ਜਿਹੜੇ ਇੰਡੀਕੇਟਰ ਸਰਕਾਰ ਨੂੰ ਵੀ ਮਹੀਨਾ ਵਾਰ ਜਾਂਦੇ ਆ, ਉਹ ਇੰਡੀਕੇਟਰ 50% ਤੋਂ ਵੀ ਘੱਟ ਗਏ ਆ। ਯਾਨੀ ਕਿ ਡਿਲੀਵਰੀਆਂ ਦੀ ਰੇਟ, ਸਜ਼ੇਰੀਨਾਂ ਦੀ ਰੇਟ ਹੌਲੀ ਹੌਲੀ, ਇੱਥੇ ਜਦੋਂ ਡਾਕਟਰ ਹੀ ਟਾਈਮ 'ਤੇ ਨਹੀਂ ਮਿਲਣਗੇ, ਜਨਤਾ ਖੱਜਲ ਖਵਾਰ ਕਿੰਨੇ ਕੁ ਦਿਨ ਹੋਏਗੀ।
ਅਲਟੀਮੇਟਲੀ ਉਹਨਾਂ ਨੇ ਹੋਰ ਥਾਵਾਂ ਤੇ ਇਲਾਜ ਕਰਾਉਣਾ ਸ਼ੁਰੂ ਕਰਤਾ। ਦੇਖੋ ਇਹਨਾਂ ਨੀਤੀਆਂ ਕਰਕੇ ਨੁਕਸਾਨ ਆਮ ਜਨਤਾ ਦਾ ਹੋ ਰਿਹਾ। ਅਸੀਂ 2000 ਦਿਨ ਸੰਘਰਸ਼ ਕਰਾਂਗੇ, ਦੇਖਾਂਗੇ ਸਰਕਾਰ ਦਾ ਕੀ ਰਵੱਈਆ ਹੈ, ਉਹਦੇ ਮੁਤਾਬਕ ਆਪਣਾ ਸੰਘਰਸ਼ ਡਿਸਾਈਡ ਕਰਾਂਗੇ। ਬਹੁਤ ਡਾਕਟਰ ਸਰਕਾਰੀ ਨੌਕਰੀ ਛੱਡ ਕੇ ਜਾ ਰਹੇ ਨੇ, ਚਾਹੇ ਉਹ ਸੁਰੱਖਿਆ ਪੱਖੋਂ ਨੇ, ਚਾਹੇ ਉਹ ਘੱਟ ਤਨਖਾਹਾਂ ਪੱਖੋਂ ਨੇ, ਚਾਹੇ ਉਹ ਰੁਕਦੀਆਂ ਤਰੱਕੀਆਂ ਪੱਖੋਂ ਨੇ, ਚਾਹੇ ਉਹ ਇਨਕਰੀਜ ਵਰਕਲੋਡ ਪੱਖੋਂ ਛੱਡ ਕੇ ਜਾ ਰਹੇ ਆ। ਲੇਕਿਨ ਕਾਰਨ ਤਾਂ ਕੋਈ ਨਾ ਕੋਈ ਬਣ ਹੀ ਰਿਹਾ ਹੈ। ਦੇਖੋ ਅਸੀਂ ਵੀ ਚਾਹੁੰਦੇ ਹਾਂ ਵੀ ਅਸੀਂ ਸਰਕਾਰ ਦੇ ਉਹਨਾਂ ਵਾਅਦਿਆਂ ਦੇ ਪੂਰੇ ਉਤਰੀਏ, ਅਸੀਂ ਸਰਕਾਰ ਦਾ ਸਾਥ ਦੇਣਾ ਚਾਹੁੰਦੇ ਹਾਂ। ਲੇਕਿਨ ਜਿਹੜੀਆਂ ਸਿਹਤ ਸਹੂਲਤਾਂ ਲੋਕਾਂ ਨੂੰ ਦਾਅਵਾ ਕੀਤੀਆਂ ਜਾ ਰਹੀਆਂ ਨੇ, ਕਾਗਜ਼ਾਂ ਦੇ ਉੱਪਰ ਕੁਛ ਵੀ ਨਹੀਂ। ਮੇਰਾ ਨਾਮ ਡਾਕਟਰ ਜਗਰੂਪ ਸਿੰਘ ਹੈ ਜੀ। ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ, ਜਿਹੜੀਆਂ ਕਿ ਸਰਕਾਰੀ ਹਸਪਤਾਲ ਬਚਾਉਣ ਵਾਲੀਆਂ ਮੰਗਾਂ ਨੇ, ਜਿਹਦੇ ਵਿੱਚ ਸਰਕਾਰੀ ਡਾਕਟਰਾਂ ਦੀ ਭਰਤੀ ਨੂੰ ਲੈ ਕੇ, ਬਾਕੀ ਸਟਾਫ ਦੀ ਭਰਤੀ ਨੂੰ ਲੈ ਕੇ, ਤੇ ਡਾਕਟਰ ਜਿਨ੍ਹਾਂ ਕਾਰਨਾਂ ਕਰਕੇ ਨੌਕਰੀਆਂ ਛੱਡ ਰਹੇ ਨੇ, ਚਾਹੇ ਉਹ ਸੁਰੱਖਿਆ ਦਾ ਕੰਮ ਹੋਵੇ, ਸੁਰੱਖਿਆ ਦਾ ਪ੍ਰਬੰਧ ਦੀ ਗੱਲ ਹੋਵੇ, ਚਾਹੇ ਉਹਨਾਂ ਦੇ ਰੁਕੀਆਂ ਹੋਈਆਂ ਤਰੱਕੀਆਂ ਨੂੰ ਬਹਾਲ ਕਰਨ ਦੀ ਗੱਲ ਹੋਵੇ, ਉਹਨਾਂ ਮੰਗਾਂ ਨੂੰ ਲੈ ਕੇ ਅਸੀਂ ਸਰਕਾਰ ਕੋਲੇ ਆਪਣੀ ਪਹੁੰਚ ਬਣਾਈ ਸੀ। ਲਗਾਤਾਰ ਮੀਟਿੰਗਾਂ ਤੋਂ ਬਾਅਦ ਕੈਬਨਿਟ ਸਬ ਕਮੇਟੀ ਨਾਲ ਸਾਡੀ ਮੀਟਿੰਗ ਫਿਕਸ ਹੋਈ, ਜਿਹਦੇ ਵਿੱਚ ਸਾਰੀਆਂ ਗੱਲਾਂ ਨੂੰ ਸਿਧਾਂਤਕ ਤੌਰ ਤੇ ਮੰਨਣ ਦੇ ਬਾਵਜੂਦ ਵੀ ਸਰਕਾਰ ਨੇ ਸਾਨੂੰ ਲਿਖਤੀ ਰੂਪ ਵਿੱਚ ਕੋਈ ਭਰੋਸਾ ਨਹੀਂ ਦਿੱਤਾ। ਇਸ ਗੱਲ ਨੂੰ ਵੀ ਅੱਜ 2 ਦਿਨ ਹੋ ਗਏ ਨੇ ਤੇ ਸਰਕਾਰ ਆਪਣੀਆਂ ਮੰਗਾਂ ਪ੍ਰਤੀ, ਸਾਡੀਆਂ ਮੰਗਾਂ ਪ੍ਰਤੀ ਸੰਜੀਦਾ ਹੁੰਦੀ ਤੇ ਆਪਣੇ ਹੱਕ ਆਪਣੀਆਂ ਫਰਜ਼ਾਂ ਪ੍ਰਤੀ, ਤਾਂ ਸਾਨੂੰ ਲਿਖਤੀ ਰੂਪ ਦੇ ਵਿੱਚ ਅੱਜ ਜਾਂ ਕੱਲ੍ਹ ਸਵੇਰ ਜ਼ਰੂਰ ਕੁਛ ਨਾ ਕੁਛ ਆ ਜਾਂਦਾ। ਇਹ ਨਾ ਆਉਣ ਦੀ ਸੂਰਤ ਵਿੱਚ ਅਸੀਂ ਹੜਤਾਲ ਨੂੰ ਅੱਗੇ ਵਧਾਇਆ ਜੀ। ਅੱਜ 3 ਦਿਨਾਂ ਲਈ ਅਸੀਂ ਸੰਪੂਰਨ ਹੜਤਾਲ ਕੀਤੀ ਹੋਈ ਹੈ ਤੇ ਇਸ ਤੋਂ ਬਾਅਦ 3ਜੇ ਫੇਜ਼ ਦੇ ਵਿੱਚ ਸੋਮਵਾਰ ਤੋਂ ਬਾਅਦ ਅਸੀਂ ਹੋਰ ਸੇਵਾਵਾਂ ਨੂੰ ਬੰਦ ਕਰਨ ਬਾਰੇ ਵੀ ਸੋਚਿਆ। ਇਸ ਟਾਈਮ ਦੇ ਉੱਤੇ ਅਸੀਂ ਓਪੀਡੀ ਸੇਵਾਵਾਂ, ਜਿਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕੋਈ ਮੈਡੀਕਲ ਹੋ ਰਹੇ ਆ ਜਾਂ ਕੋਈ ਡਰਾਈਵਿੰਗ ਲਾਇਸੈਂਸ ਹੈ, ਆਰਮ ਲਾਇਸੈਂਸ ਹੈ ਜਾਂ ਹੋਰ ਕੋਈ ਮੈਡੀਕਲ, ਉਹ ਬੰਦ ਕੀਤੇ ਹੋਏ ਨੇ। ਓਪੀਡੀ ਸੇਵਾਵਾਂ ਬਿਲਕੁਲ ਬੰਦ ਨੇ, ਪਰ ਮਰੀਜ਼ਾਂ ਦੀ ਸਹੂਲਤ ਨੂੰ ਵੇਖਦੇ ਹੋਏ ਐਮਰਜੈਂਸੀ ਸੇਵਾਵਾਂ, ਜਨੇਪਾ ਸੇਵਾਵਾਂ ਤੇ ਮੈਡੀਕਲ ਲੀਗਲ ਸੇਵਾਵਾਂ ਜਿਹਦੇ ਵਿੱਚ ਪੋਸਟਮਾਰਟਮ ਪਰਚੇ ਵਗੈਰਾ ਹੈਗੇ ਨੇ, ਉਹ ਨਿਰਵਿਘਨ ਰੂਪ ਦੇ ਵਿੱਚ ਅਸੀਂ ਚਲਾ ਰੱਖੇ ਨੇ। ਸਾਡਾ ਅਗਲਾ ਫਿਰ ਅਸੀਂ ਸੂਬਾ ਪੱਧਰ ਤੇ ਇਹ ਫੈਸਲਾ ਪਹਿਲਾਂ ਵੀ ਕੀਤਾ ਹੋਇਆ ਸੀ ਕਿ ਅਸੀਂ ਐਜੂਕੇਸ਼ਨ ਨੂੰ ਹੋਰ ਤੇਜ਼ ਕਰਾਂਗੇ। ਵੈਸੇ ਵੀ ਸਾਨੂੰ ਲੋਕਾਂ ਦਾ ਬਹੁਤ ਸਮਰਥਨ ਮਿਲ ਰਿਹਾ ਇਸ ਗੱਲ ਦੇ ਵਿੱਚ, ਕਿਉਂਕਿ ਸਰਕਾਰੀ ਹਸਪਤਾਲ ਨੂੰ ਬਚਾਉਣ ਦੀ ਗੱਲ ਹੋ ਰਹੀ ਹੈ।